ਇੱਕ ਇਨਸਾਨ ਹਿਮਾਲਿਆ ਪਰਬਤ ਦੀ ਪੈਰਾਂ 'ਚ ਬੈਠ ਕੇ ਉੱਪਰ ਨੂੰ ਮੂੰਹ ਕਰਕੇ ਸੋਚਣ ਲੱਗਾ ਹੈ ਇਹ ਇੰਨਾ ਉੱਚਾ ਤੇ ਜਿਹੜਾ ਬੰਦਾ ਇਹ ਸੋਚਦਾ ਹੋਵੇ ਕਿ ਇੰਨਾ ਉੱਚਾ ਉਹ ਹਿਮਾਲਿਆ ਪਰਬਤ ਤੇ ਚੜ੍ਹ ਨਹੀਂ ਸਕਦਾ ਕਿਉਂਕਿ ਹਿਮਾਲਿਆ ਪਰਬਤ ਤੇ ਚੜ੍ਹਨ ਲਈ ਉਚਾਈ ਨਹੀਂ ਵੇਖੀ ਜਾਂਦੀ ਹੌਸਲਾ ਹਿੰਮਤ ਤੇ ਸਿਰੜ ਵੇਖਿਆ ਜਾਂਦਾ ਹੈ ਪੰਜਾਬੀ ਪੱਤਰਕਾਰੀ ਚ ਡਾਕਟਰ ਵਰਜਿੰਦਰ ਸਿੰਘ ਹੋਰਾਂ ਨੇ ਜਿਹੜਾ ਹਿਮਾਲਿਆ ਪਰਬਤ ਸਿਰਜਿਆ ਉਹਨਾਂ ਨੇ ਆਪ ਹੀ ਸਰ ਕੀਤਾ ਤੇ ਇੱਕ ਗੱਲ ਮੈਂ ਮਾਨ ਨਾਲ ਕਹਾਂਗਾ ਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੁਰੀ ਹਲੇ ਜਿੰਨੀ ਮਿਹਨਤ ਨਾਲ ਜਿੰਨੀ ਲਗਨ ਨਾਲ ਤੇ ਜਿੰਨੇ ਉਤਸ਼ਾਹ ਨਾਲ ਪੰਜਾਬੀ ਪੱਤਰਕਾਰੀ ਚ ਵਿਜ਼ਰ ਰਹੇ ਨੇ ਸ਼ਾਇਦ ਪੰਜਾਬੀ ਪੱਤਰਕਾਰੀ ਦਾ ਇੱਕ ਹੋਰ ਨਵਾਂ ਇਤਿਹਾਸ ਵੀਓ ਲਿਖਣਗੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਇਸ ਵੇਲੇ अजीत प्रकाशन ਸਮੂਦ ਦੇ ਮੁੱਖ ਸੰਪਾਦਕ ਨੇ ਤੇ ਉਹਨਾਂ ਦੀ ਪੱਤਰਕਾਰੀ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਡਾਕਟਰ ਨਜੀਤ ਸਿੰਘ ਹੁਰਾ ਦੀ ਲਿਖੀ ਹੋਈ ਪੁਸਤਕ ਡਾਕਟਰ ਵਰਜਿੰਦਰ ਸਿੰਘ ਹਮਦਰਦ ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ ਪ੍ਰੋਗਰਾਮ ਸੈਿਤਿਕ ਤੰਦਾ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਦੇ ਸੋ ਮੁਹੱਬਤ ਲਈ ਤੁਹਾਡਾ ਰਿਣੀ ਵੀ ਰਹਾਗਾ ਡਾਕਟਰ ਵਰਜਿੰਦਰ ਸਿੰਘ ਹਮਦਰਦ ਬਾਰੇ ਇਹ ਪੋਸਤਕ ਲਿਖ ਕੇ ਡਾਕਟਰ ਰਣਜੀਤ ਸਿੰਘ ਹੋਰੀ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਤੋਂ ਖੁਦ ਡੀਨ ਵਜੋਂ ਸੇਵਾਮੁਕਤ ਹੋਏ ਨੇ 11 ਕੰਡਾਂ 'ਚ ਇਹ ਕਿਤਾਬ ਲਿਖ ਕੇ ਇੱਕ ਇਤਿਹਾਸ ਉਹਨਾਂ ਨੇ ਵੀ ਬਣਾ ਦਿੱਤਾ ਕਿਉਂਕਿ ਪਿਛਲੇ ਤਕਰੀਬਨ 40 ਸਾਲਾਂ 'ਚ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਪੰਜਾਬੀ ਪੱਤਰਕਾਰੀ ਨੂੰ ਕਿੱਥੋਂ ਸ਼ੁਰੂ ਕਰਕੇ ਕਿੱਥੇ ਲਿਆ ਕੇ ਛੱਡਿਆ ਇਹਦੇ ਤੋਂ ਉਹ ਪੰਜਾਬੀ ਅਪੇਜ ਨਹੀਂ ਹੈ ਜਿਹਦੇ ਅੰਦਰ ਪੰਜਾਬੀਅਤ ਦਾ ਖੂਨ ਵਗਦਾ ਹੈ ਜਿਹਦੀਆਂ ਰਗਾਂ 'ਚ ਪੰਜਾਬੀ ਬੋਲਦੀ ਹੈ ਤੇ ਜਿਹੜਾ ਪੱਤਰਕਾਰੀ ਨੂੰ ਤੇ ਅਜੀਤ ਦੀ ਮਾਣ ਮਰਿਆਦਾ ਨੂੰ ਸਮਝਦਾ ਹੈ ਤੇ ਜਿਹੜਾ ਇਹ ਜਾਣਦਾ ਹੈ ਕਿ ਅਜੀਤ ਨੇ ਸਿਰਫ ਆਪਣੇ ਲਈ ਇਤਿਹਾਸ ਨਹੀਂ ਸਿਰਜਿਆ ਸਗੋਂ ਡਾਕਟਰ ਵਰਜਿੰਦਰ ਸਿੰਘ ਹਮਦਾਰ ਦਹੋਰਾ ਦੀ ਰਹਿਨਮਾਈ ਹੇਠ ਅਜੀਤ ਇਸ ਵੇਲੇ ਦੁਨੀਆ 'ਚ ਸਭ ਤੋਂ ਵੱਧ ਪੜਿਆ ਜਾਣ ਵਾਲਾ ਪੰਜਾਬੀ ਅਖਬਾਰ ਹੀ ਨਹੀਂ ਸਗੋਂ ਜੋ ਕੁਝ ਅਜੀਤ ਨੇ ਪੰਜਾਬੀਆਂ ਦੀ ਝੋਲੀ 'ਚ ਪਾਇਆ ਉਹਦੇ ਤੇ ਆਪਾਂ ਸਾਰੇ ਮਾਣ ਕਰਦੇ ਆਂ ਇਸ ਪੁਸਤਕ ਨੂੰ ਜਿਵੇਂ ਰੰਗ ਦਿੱਤੇ ਨੇ ਡਾਕਟਰ ਰਣਜੀਤ ਸਿੰਘ ਖੋਰਾ ਨੇ ਉਹਦਾ ਵੀ ਇੱਕ ਆਪਣਾ ਵਿਉਰਾ ਗੁਣਾ ਦੀ ਤਰਵੈਣੀ ਜੀਵਨ ਉਹਨਾਂ ਦਾ ਕਲਾ ਦਾ ਜੀਵਨ ਉਹਨਾਂ ਦੀ ਸਵੈ ਜੀਵਨੀ ਉਹਨਾਂ ਦੇ ਕੀਤੇ ਹੋਏ ਕਾਰਜ ਪੱਤਰਕਾਰੀ ਦਾ ਸਫਰ ਉਹਨਾਂ ਦੀ ਗਾਇਨ ਕਲਾ ਤੇ ਜਿਵੇਂ ਜਿਵੇਂ ਉਹਨਾਂ ਨੇ ਜ਼ਿੰਦਗੀ ਦੇ ਦ੍ਰਿੜ ਫੈਸਲੇ ਲਏ ਨੇ ਉਹਨਾਂ ਨੂੰ ਵੱਖ-ਵੱਖ ਵਰਗਾਂ 'ਚ ਵੰਡ ਕੇ ਇੱਕ ਅਦੇਹਾ ਕਾਰਜ ਕੀਤਾ ਹੈ ਕਿ ਸ਼ਾਇਦ ਇਹ ਪੁਸਤਕ ਪੱਤਰਕਾਰੀ ਦੇ ਇਤਿਹਾਸ 'ਚ ਵੀ ਆਪਣੇ ਆਪ 'ਚ ਇਤਿਹਾਸ ਹੋਏਗੀ ਕਿਉਂਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਹੀ ਇਕੱਲੀ ਗੱਲ ਨਹੀਂ ਸਗੋਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਉਹ ਪੈੜਵਾ ਜਿਹੜੀ ਕਦੇ ਮਿਟੇਗੀ ਨਹੀਂ ਔਰ ਜਿਸ ਪੈੜ ਤੋਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋរី ਲੰਘ ਕੇ ਗਏ ਨੇ ਅਜੀਤ ਅਖਬਾਰ ਦੇ ਦਫ਼ਤਰ 'ਚ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਦੋ ਤਿੰਨ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਪਹਿਲੀ ਗੱਲ ਕਿ ਉਸ ਅਖਬਾਰ ਦੇ ਦਫਤਰ ਚ ਨੇ ਜਿਹੜੀ ਦੁਨੀਆ ਦੀ ਸਭ ਤੋਂ ਵੱਧ ਪੰਜਾਬੀ ਦੀ ਪੜ੍ਹੀ ਜਾਣ ਵਾਲੀ ਅਖਬਾਰ ਹੈ ਦੂਸਰੀ ਗੱਲ ਕਿ ਇਹ ਉਹ ਅਖਬਾਰ ਹੈ ਜਿਨੇ ਰਾਜਨੀਤਿਕ ਜਾਂ ਖਬਰਾਂ ਦੇ ਖੇਤਰ ਚ ਹੀ ਨਵੇਂ ਦਿਸਹੱਦੇ ਨਹੀਂ ਬੜਾਏ ਸਗੋਂ ਪੰਜਾਬ ਦੇ ਸਾਹਿਤਕ ਖੇਤਰ ਵਿੱਚ ਜਿਹੜੀ ਅਜੀਤ ਦੀ ਦੇਣ ਹੈ ਡਾਕਟਰ ਵਰਜਿੰਦਰ ਸਿੰਘ ਹੁਰਾ ਦੀ ਦੇਣ ਹੈ ਜੇਦੀ ਵਿਆਖਿਆ ਡਾਕਟਰ ਅਨਜੀਤ ਸਿੰਘ ਹੁਰਾ ਨੇ ਆਪਣੇ ਸ਼ਬਦਾਂ ਚ ਖੂਬਸੂਰਤ ਢੰਗ ਨਾਲ ਪੇਸ਼ ਕੀਤੀ ਹੈ ਉਸ਼ਾਦ ਕਿਸੇ ਤੋਂ ਪੇਸ਼ ਵੀ ਨਾ ਕੀਤੀ ਜਾ ਸਕੇ ਕਿਉਂਕਿ ਡਾਕਟਰ ਵਰਿੰਦਰ ਸਿੰਘ ਹਮਦਾਰਦ ਇੱਕ ਉਹ ਪੱਤਰਕਾਰੀ ਦਾ ਸੂਰਜ ਹੈ ਜਿਹਨੂੰ ਜਿਹਦੇ ਬਾਰੇ ਗੱਲ ਕਰਨੀ ਔਖੀ ਬਹੁਤ ਹੈ ਉਹ ਚੰਦਾ ਜਿਹੜਾ ਇਸ ਵੇਲੇ ਚੜਿਆ ਹੋਇਆ ਹੈ ਪੱਤਰਕਾਰੀ ਦਾ ਉਹ ਰੌਸ਼ਨ ਮਿਨਾਰ ਹੈ ਜਿਹਦੇ ਤੋਂ ਬੜੇ ਲੋਕ ਸਿੱਖ ਕੇ ਅੱਗੇ ਨਿਕਲੇ ਨੇ ਵਰਿੰਦਰ ਸਿੰਘ ਹਮਦਾਰਦ ਹੁਰਾ ਨੇ ਪੰਜਾਬੀ ਪੱਤਰਕਾਰੀ ਦੀ ਇੱਕ ਪਨੀਰੀ ਪੈਦਾ ਕੀਤੀ ਹੈ ਔਰ ਉਹ ਪਨੀਰੀ ਨੂੰ ਵੱਡੇ ਵੱਡੇ ਬੂਟੇ ਦਰਖਤ ਬਣਾਇਆ ਜਿਨ੍ਹਾਂ ਚੋਂ ਮੈਂ ਆਪਣੇ ਆਪ ਨੂੰ ਵੀ ਖੁਸ਼ ਨਸੀਬ ਸਮਝਦਾ ਹਾਂ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਅਜੀਤ ਅਖਬਾਰ ਦੇ ਦਫ਼ਤਰ ਜਾਂਦੇ ਨੇ ਜਿਹੜੇ ਦਫ਼ਤਰ ਜਾਂਦੇ ਨੇ ਉਹ ਮਾਨ ਕਰਦੇ ਨੇ ਕਿ ਮੈਂ ਅਜੀਤ ਅਖਬਾਰ ਦੇ ਦਫ਼ਤਰ ਚ ਆਇਆ ਉਹ ਇਹ ਮਾਨ ਕਰਦੇ ਨੇ ਕਿ ਮੈਂ ਪੰਜਾਬ ਦੀ ਸਭ ਤੋਂ ਵੱਡੀ ਅਖਬਾਰ ਦੇ ਦਫ਼ਤਰ ਚ ਆਇਆ ਤੇ ਜੇ ਕਿਤੇ ਵਰਜਿੰਦਰ ਸਿੰਘ ਹਮਦਰਦ ਨੂੰ ਮਿਲਣਾ ਹੋਵੇ ਤਾਂ ਇਹ ਵੀ ਖੁਸ਼ ਹੋ ਕੇ ਕਹਿੰਦੇ ਨੇ ਕਿ ਮੈਂ ਤਨ ਭਾਗ ਹੈ ਮੇਰਾ ਕਿ ਮੈਂ 파ਜੀ ਵਰਜਿੰਦਰ ਸਿੰਘ ਹਮਦਰ ਦੇ ਦਰਸ਼ਨ ਕਰਨਾ ਆ। ਔਰ ਇਹ ਗੱਲ ਵੀ ਸਾਰੇ ਨੂੰ ਪਤਾ ਹੈ ਕਿ ਵਰਜਿੰਦਰ ਸਿੰਘ ਹੋਂ ਦਾ ਮਿਲਣਾ ਆਪਣੇ ਆਪ ਚ ਖਾਸ ਹੁੰਦਾ ਹੈ। ਸ਼ਾਇਦ ਪੱਤਰਕਾਰੀ ਦੇ ਖੇਤਰ ਦੇ ਲੋਕਾਂ ਨੂੰ ਤਾਂ ਪਤਾ ਹੈ। ਉਹਨਾਂ ਨੂੰ ਮਿਲਣ ਵਾਲੇ ਲੋਕਾਂ ਨੂੰ ਤਾਂ ਪਤਾ ਹੈ। ਪਰ ਜਦੋਂ ਹੱਸ ਕੇ ਮਿਲਦੇ ਨੇ। ਔਰ ਇਸ ਤਰ੍ਹਾਂ ਮਿਲਦੇ ਨੇ ਕਿ ਤੁਹਾਨੂੰ ਲੱਗੇਗਾ ਕਿ ਇਹ ਨੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਮੈਨੂੰ ਪਹਿਲਾਂ ਕਿਉਂ ਨਾ ਮਿਲਿਆ। ਇਨਾਂ ਨੂੰ ਪਹਿਲਾਂ ਕਿਉਂ ਨਾ ਮਿਲਿਆ ਇਨਾਂ ਦੇ ਪਹਿਲਾਂ ਕਿਉਂ ਨਾ ਦਰਸ਼ਨ ਕੀਤੇ ਸ਼ਾਇਦ ਤੁਹਾਡੀ ਜ਼ਿੰਦਗੀ ਚ ਵੀ ਕਈ ਹਾਸਿਆਂ ਦੇ ਫੁਆਰੇ ਫੁੱਟ ਸਕਦੇ ਸੀ ਡਾਕਟਰ ਰਣਜੀਤ ਸਿੰਘ ਹੁਰਾਂ ਦੀ ਇਹ ਪੋਸਤਕ ਹੈ ਤਾਂ 72 ਪੰਨਿਆਂ ਦੀ ਹੈ ਪਰ ਇਹਨਾਂ 72 ਪੰਨਿਆਂ 'ਚ ਜੋ ਕੁਝ ਹੈ ਉਹ ਉਹਨਾਂ ਦੇ ਮਿਸ਼ਨ ਨਾਲ ਜੁੜਿਆ ਹੋਇਆ ਹੈ ਉਹ ਇਹ ਕਹਿੰਦੇ ਨੇ ਕਿ ਮੈਂ ਇਹ ਕਿਤਾਬ ਤਾਂ ਲਿਖੀ ਹੈ ਕਿ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਜਾਵੇ ਕਿ ਨਰਾਸ਼ ਹੋਣ ਦੀ ਲੋੜ ਨਹੀਂ ਜੇ ਤੁਸੀਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਖੋਰਾ ਦੀ ਜੀਵਨੀ ਤੋਂ ਕੋਈ ਸੇਧ ਲੈ ਸਕੋ ਤਾਂ ਤੁਸੀਂ ਉਸ ਮੰਜ਼ਲ ਤੇ ਜਾ ਸਕਦੇ ਹੋ ਜੋ ਤੁਹਾਡੇ ਢਿੱਡ ਦਾ ਆੜਪੌੜ ਹੀ ਨਹੀਂ ਹੋਏਗੀ ਸਗੋਂ ਤੁਸੀਂ ਇਤਿਹਾਸ ਸਿਰਜਣ ਵਾਲੇ ਲੋਕ ਬਣ ਸਕਦੇ ਹੋ ਉਹਨਾਂ ਨੇ ਨਵੀਂ ਪੀੜ੍ਹੀ ਅੰਦਰ ਇੱਕ ਚੇਤਨਾ ਪੈਦਾ ਕਰਨ ਲਈ ਇਹ ਕਿਤਾਬ ਦਿੱਤੀ ਹੈ ਕਿ ਮਿਹਨਤ ਲਗਨ ਹੱਟ ਸਿਰੜ ਤੇ ਸਮਰਪਣ ਭਾਵਨਾ ਜਿਸ ਵੀ ਇਨਸਾਨੀਅਤ ਹੋਏਗੀ ਉਹ ਮੰਜ਼ਲ ਦੀ ਉਸ ਤਹਿ ਤੱਕ ਚਲਾ ਜਾਏਗਾ ਜਿਸ ਨੂੰ ਚੜਦਾ ਹੋਇਆ ਸੂਰਜ ਕਹਿੰਦੇ ਨੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦਾ ਪੰਜਾਬ ਦੀ ਆਧੁਨਿਕ ਪੱਤਰਕਾਰੀ ਦਾ ਸੱਚੀ ਮੁੱਚੀ ਅੱਜ ਹੈ ਤੇ ਅੱਜ ਇਹ ਕਿਤਾਬ ਡਾਕਟਰ ਰਣਜੀਤ ਸਿੰਘ ਖੁਰਾਨੇ ਲਿਖ ਕੇ ਇੱਕ ਉਹ ਇਤਿਹਾਸ ਸਿਰਜਿਆ ਸੱਚੀ ਮੁੱਚੀ ਹੀ ਇੱਕ ਐਸੀ ਕਿਤਾਬ ਸਾਡੀ ਝੋਲੀ ਪਾਈ ਆ ਜੋ ਸ਼ਾਇਦ ਆਉਣ ਵਾਲੀਆਂ نسلਾਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਵਾਲਾ ਪੁਸਤਕ ਹੋਏਗੀ ਤੇ ਖਾਸ ਗੱਲ ਇਹ ਹੈ ਕਿ ਸਚਿੱਤਰ ਪੁਸਤਕ ਹੈ ਉਹਨਾਂ ਦੇ ਜੀਵਨ ਸ਼ੈਲੀ ਨੂੰ ਡਾਕਟਰ ਵਰਜਿੰਦਰ ਸਿੰਘ ਹੋਰ ਹਮਦਰਦ ਹੋਰਾ ਦੀ ਜੀਵਨ ਸ਼ੈਲੀ ਨੂੰ ਜਿਨ੍ਹਾਂ ਸਚਿੱਤਰ ਤਸਵੀਰਾਂ ਨਾਲ ਸਜਾਇਆ ਗਿਆ ਉਹਨੂੰ ਦੇਖ ਕੇ ਲੱਗਦਾ ਹੈ ਕਿ ਐਵੇਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਨਹੀਂ ਬਣਾਇਆ ਜਾ ਸਕਦਾ ਇਸ ਪੁਸਤਕ ਬਾਰੇ ਗੱਲ ਕਰਾਂਗੇ ਪਰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸੈਤਕ ਤੰਦਮ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਨੂੰ ਮੈਂ ਫਿਰ ਜੀ ਆਇਆਂ ਨੂੰ ਆਖਦਾ ਗੱਲ ਡਾਕਟਰ ਰਣਜੀਤ ਸਿੰਘ ਹੁਰਾਂ ਦੀ ਪੁਸਤਕ ਪੰਜਾਬੀ ਪੱਤਰਕਾਰੀ ਦਾ ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੁਰਾਵਰੇ ਕਰ ਰਹੇ ਆ ਬਹੁਤ ਸਾਰੇ ਲੋਕ ਨੇ ਗੱਲਾਂ ਬੜੀਆਂ ਕਰਦੇ ਨੇ ਪਰ ਅਮਲ ਚ ਲਿਆ ਕੇ ਗੱਲਾਂ ਨੂੰ ਇਤਿਹਾਸ ਬਣਾਉਣਾ ਔਖਾ ਬਹੁਤ ਹੁੰਦਾ ਹੈ ਗੱਲਾਂ ਐਵੇਂ ਨਹੀਂ ਬਣਦੀਆਂ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਡਾਕਟਰ ਹਮਦਦ ਹੁਰਾ ਨੇ ਪੱਤਰਕਾਰੀ ਲਈ ਸਾਹਿਤ ਲਈ ਗਾਇਨ ਸ਼ੈਲੀ ਲਈ ਨਵੀਆਂ ਪ੍ਰਾਪਤੀਆਂ ਲਈ ਨਵੀਆਂ ਬੁਲੰਦੀਆਂ ਲਈ ਲਾਇਆ ਤੇ ਉਹਨਾਂ ਨੇ ਜੋ ਜ਼ਿੰਦਗੀ 'ਚ ਕਿਹਾ ਉਹਨੂੰ ਕਰਕੇ ਵਿਖਾਇਆ ਚਰਖੇ ਦਾ ਰੂਪ ਭਾਵੇਂ ਬਦਲ ਜਵੇ ਚਰਖਾ ਭਾਵੇਂ ਨਾ ਵੀ ਰਵੇ ਪਰ ਧਾਗੇ ਨੂੰ ਵਟ ਚੜਾਉਣ ਦਾ ਸਿਧਾਂਤ ਕਦੇ ਨਹੀਂ ਮੁਕੇਗਾ ਰੂ ਤੋ ਤਾਗਾ ਬਣਾਉਣ ਦੀ ਵਿਧੀ ਜਿਹੜੀ ਆ ਉਹ ਵੀ ਸ਼ਾਇਦ ਕਦੇ ਨਹੀਂ ਬਦਲੇਗੀ ਜਦੋਂ ਵੀ ਪੰਜਾਬੀ ਪੱਤਰਕਾਰੀ ਦੇ ਇਸ ਯੁੱਗ ਦੀ ਗੱਲ ਹੋਏਗੀ ਉਦੋਂ ਡਾਕਟਰ ਵਰਜਿੰਦਰ ਸਿੰਘ ਹਮਦਦ ਹੋਰਾਂ ਦਾ ਜ਼ਿਕਰ ਆਏਗਾ ਤੇ ਜ਼ਿਕਰ ਦੇ ਨਾਲ ਨਾਲ ਡਾਕਟਰ ਅਰਜੀਤ ਸਿੰਘ ਹੋਰਾਂ ਦੀ ਇਸ ਪੁਸਤਕ ਬਾਰੇ ਵੀ ਗੱਲ ਹੋਏਗੀ 1968 ਤੋਂ ਲੈ ਕੇ 74 ਤੱਕ ਡਾਕਟਰ ਵਰਜਿੰਦਰ ਸਿੰਘ ਹਮਦਦ ਹੋਰਾਂ ਨੇ ਅਜੀਤ ਦੇ ਪ੍ਰਬੰਧਕੀ ਸੰਪਾਦਕ ਵਜੋਂ ਕੰਮ ਕੀਤਾ ਫਿਰ ਉਹ ਚਲੇ ਗਏ ਕਈ ਕਾਰਨ ਹੁੰਦੇ ਨੇ ਰਣਜੀਤ ਸਿੰਘ ਹੋਰਾਂ ਨੇ ਇਸ ਪੁਸਤਕ ਚ ਇਹਨਾਂ ਕਾਰਨਾ ਦਾ ਜ਼ਿਕਰ ਵੀ ਕੀਤਾ ਹੈ ਤੇ ਦ੍ਰਿਸ਼ਟੀ ਮੈਗਜ਼ੀਨ ਜਿਨ੍ਹਾਂ ਨੇ ਵੇਖਿਆ ਜਿਨ੍ਹਾਂ ਨੇ ਪੜਿਆ ਉਹਨਾਂ ਨੂੰ ਪਤਾ ਕਿ ਇਹ ਮੈਗਜ਼ੀਨ ਕੀ ਸੀ ਔਰ ਇਹਦੇ ਚੋਂ ਵੀ ਡਾਕਟਰ ਵਰਜਿੰਦਰ ਸਿੰਘ ਹਮਦਰਦੀ ਸ਼ਖਸੀਅਤ ਚਲਕਦੀ ਸੀ ਚਾਹੇ ਅਨ ਦਾਤਾ ਦੀ ਗੱਲ ਹੋਵੇ ਤੇ ਚਾਹੇ ਜਦੋਂ ਟ੍ਰਿਬਿਊਨ ਅਦਾਰੇ ਨੇ ਡਾਕਟਰ ਮੇਰ ਦਰ ਸਿੰਘ ਰੰਦਾਵਾਹੂਰਾ ਨੇ ਪੰਜਾਬੀ ਟ੍ਰਿਬਿਊਨ ਕੱਢਣ ਦਾ ਫੈਸਲਾ ਲਿਆ ਤਾਂ ਬਰਜਿੰਦਰ ਸਿੰਘ ਹਮਦਰਦ ਦੀ ਚੋਣ ਕੀਤੀ ਗਈ ਮੰਨੋਗੇ ਕਿ 1984 ਚ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਟ੍ਰਿਬਿਊਨ ਛੱਡ ਕੇ ਅਜੀਤ ਦੀ ਬਾਗਡੋਰ ਸੰਭਾਲੀ ਹੈ ਪੰਜਾਬੀ ਟ੍ਰਿਬਿਊਨ ਨੂੰ ਸ਼ੁਰੂ ਕਰਕੇ ਪੰਜਾਬੀ ਦੀ ਨੰਬਰ 1 ਅਖਬਾਰ ਬਣਾਉਣ ਵਾਲੇ ਵੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਸਨ ਔਰ ਉਹਨਾਂ ਨੇ ਇਹ ਦੱਸਿਆ ਸੀ ਕਿ ਅਖਬਾਰਾਂ ਦਾ ਕੰਮ ਸਿਰਫ ਖਬਰਾਂ ਛਾਪਣਾ ਨਹੀਂ ਹੁੰਦਾ ਅਖਬਾਰਾਂ ਦਾ ਕੰਮ ਸਿਰਫ ਰਾਜਨੀਤਿਕ ਲੇਖ ਛਾਪਣੇ ਨਹੀਂ ਹੁੰਦਾ ਅਖਬਾਰਾਂ ਸਮਾਜ ਦਾ ਹਿੱਸਾ ਹੁੰਦੀਆਂ ਨੇ ਤੇ ਸਮਾਜ ਸਾਹਿਤ ਵੀ ਮੰਗਦਾ ਹੈ ਸਮਾਜ ਉਹ ਸਾਰਾ ਕੁਝ ਮੰਗਦਾ ਹੈ ਜੋ ਸਾਹਿਤ ਜੋ ਸਮਾਜ ਦਾ ਕੋਛ ਨਾ ਕੁਛ ਸਵਾਰ ਸਕੇ ਪੰਜਾਬੀ ਟਰਬਿਊਨ ਦੇ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਰੰਗਮਨ ਕੇ ਵਿਖਾਏ ਸਨ ਕਿ ਖੇਡ ਪੰਨੇ ਵੀ ਹੁੰਦੇ ਨੇ ਜਨ ਜੀਵਨ ਵੀ ਹੁੰਦਾ ਤੇ ਕਹਾਣੀਆਂ ਵੀ ਹੁੰਦੀਆਂ ਹਾਸ ਵਿਅੰਗ ਵੀ ਹੁੰਦੇ ਨੇ ਤੇ ਸਾਹਿਤ ਦੀਆਂ ਉਹ ਸਾਰੀਆਂ ਸਿਰਜਣਾਵਾਂ ਹੁੰਦੀਆਂ ਨੇ ਜੋ ਪੰਜਾਬੀ ਜ਼ੁਬਾਨ ਨੂੰ ਉਸੇ ਕਰ ਤੱਕ ਲਿਜਾ ਸਕਦੀਆਂ ਨੇ ਔਰ ਪੰਜਾਬੀ ਟਰਬਿਊਨ ਦਾ ਇਹ ਐਤਵਾਰ ਦਾ ਮੈਗਜ਼ੀਨ ਸੀਗਾ ਉਹਨੂੰ ਪੜਨ ਲਈ ਲੋਕੀ ਉਤਾਵਲੇ ਹੁੰਦੇ ਸਨ ਖਾਸ ਗੱਲ ਇਹ ਸੀ ਕਿ ਪੰਜਾਬੀ ਟ੍ਰਿਬਿਊਨ ਵਰਗੀ ਅਖਬਾਰ ਨੂੰ ਸਿਖਰ ਤੱਕ ਪਹੁੰਚਾ ਕੇ ਬੁੱਧੀਜੀਵੀ ਵਰਗ ਤੱਕ ਇਸ ਅਖਬਾਰ ਨੂੰ ਹਰਮਨ ਪਿਆਰਾ ਬਣਾ ਦੇਣਾ ਵੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਦੇ ਹਿੱਸੇ 'ਚ ਹੈ ਔਰ ਵਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਇਸ ਸਾਰੀ ਵਿਥਿਆ ਨੂੰ ਡਾਕਟਰ ਰਣਜੀਤ ਸਿੰਘ ਹੁਰਾਂ ਨੇ ਜਿਸ ਢੰਗ ਨਾਲ ਪੇਸ਼ ਕੀਤਾ ਉਹ ਆਪਣੇ ਆਪ 'ਚ ਖਾਸ ਤੇ ਖੂਬੀ ਵਾਲੀ ਗੱਲ ਹੈ 1900 84 ਚ ਜਦੋਂ ਪੰਜਾਬੀ ਟ੍ਰਿਬਿਊਨ ਛੱਡ ਕੇ ਅਜੀਤ ਦੀ ਬਾਗਡੋਰ ਉਹਨਾਂ ਨੇ ਸੰਭਾਲੀਆ ਅਜੀਤ ਦਾ ਸਾਰਾ ਮੁਹਾਦਰਾ ਬਦਲ ਦਿੱਤਾ ਜਿਹੜਾ ਅਜੀਤ ਉੱਪਰ ਲਿਖਿਆ ਹੁੰਦਾ ਉਹ ਵੀ ਬਦਲ ਦਿੱਤਾ ਟਾਈਟਲ ਜਿਹਨੂੰ ਕਹਿੰਦੇ ਆ ਤੇ ਬਦਲਿਆ ਵੀ ਸਾਰਾ ਕੁਝ ਅਜੀਤ ਦਾ ਗਿਆ ਔਰ ਇੱਕਦਮ ਲੱਗਣ ਲੱਗ ਗਿਆ ਸੀਗਾ ਕਿ ਡਾਕਟਰ ਵਰਜਿੰਦਰ ਸਿੰਘ ਹਮਦਾਰਦ ਹੋਰਾਂ ਨੇ ਬਾਗਡੋਰ ਸੰਭਾਲ ਲਈਆ ਤੇ ਹੁਣ ਅਜੀਤ ਤੇ ਨਵੇਂ ਰੰਗ ਪੰਜਾਬੀ ਵੇਖਣਗੇ ਅੱਜ ਉਹਨਾਂ ਨਵੇਂ ਰੰਗਾਂ ਦੀ ਇਹ ਸਤਰੰਗੀ ਪਿੰਗ ਹੈ ਕਿ ਅਜੀਤ ਦੁਨੀਆ ਚ ਸਭ ਤੋਂ ਵੱਧ ਚੜ ਪੜਿਆ ਜਾਣ ਵਾਲਾ ਪੰਜਾਬੀ ਦਾ ਪ੍ਰਮੁੱਖ ਅਖਬਾਰ ਹੈ ਤੇ ਇਸ ਅਖਬਾਰ ਨੂੰ ਇੱਥੇ ਤੱਕ ਲੈ ਕੇ ਆਉਣਾ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਮੇਨੰਦਾ ਸਿਟਾ ਇਸ ਪੁਸਤਕ ਬਾਰੇ ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਇਹਦੇ ਬਾਰੇ ਚ ਡਾਕਟਰ ਰਜੀਤ ਸਿੰਘ ਹੋਰੀ ਕੋਧ ਕੀ ਕਹਦੇ ਨੇ ਉਹਨਾਂ ਦੀ ਜਵਾਨੀ ਸੁਣਦਿਆਂ ਉਹਨੀਆਂ ਨੂੰ ਇਹ ਭੁਲੇਖਾ ਕਿ ਹਮਦਰਦੀ ਨੂੰ ਤਾਂ ਇਹਨਾਂ ਦੇ ਪਿਤਾ ਤੋਂ ਵਿਰਾਸਤ ਮਿਲੀ ਅਖਬਾਰ ਉਸ ਨੂੰ ਚਲਾ ਰਹੇ ਨੇ ਪਰ ਇਹ ਸੱਚ ਨਹੀਂ ਹੈ ਇੱਕ ਸਮਾਂ ਐਸਾ ਵੀ ਆਇਆ ਸੀ ਕਿ ਉਹਨਾਂ ਨੇ अजीत ਅਖਬਾਰ ਨੂੰ ਛੱਡ ਕੇ ਖਾਲੀ ਹੱਥੀ ਪ ਅਜੀਤ ਪਵਰ ਨੂੰ ਛੱਡ ਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਤੇ ਇੱਕ ਪੰਜਾਬੀ ਦਾ ਰਸਾਲਾ ਦ੍ਰਿਸ਼ਟੀ ਕੱਢਿਆ ਜਿਹਨੂੰ ਕਿ ਮਿਹਨਤ ਨਾਲ ਚੋਟੀ ਤੇ ਪਹੁੰਚਾਇਆ ਉਦੋਂ ਹੀ ਟ੍ਰਿਬਿਊਨ ਗਰੁੱਪ ਨੇ ਪੰਜਾਬੀ 'ਚ ਅਖਬਾਰ ਕੱਢਣ ਦਾ ਫੈਸਲਾ ਕੀਤਾ ਡਾਕਟਰ ਮਹਿੰਦਰ ਸਿੰਘ ਰੰਦਾਵਾ ਦੀ ਪ੍ਰੇਰਣਾ ਸਦਕਾ ਤੇ ਰੰਦਾਵਾ ਸਾਹਿਬ ਨੂੰ ਵਰਜਿੰਦਰ ਹੀ ਇੱਕ ਇਹੋ ਜਿਹਾ ਸ਼ਖਸ ਨਜ਼ਰ ਆਇਆ ਜਿਹੜਾ ਕਿ ਉਸ ਅਖਬਾਰ ਨੂੰ ਅੱਗੇ ਲਿਆ ਸਕਦਾ ਸੀ ਤੇ ਇੱਕ ਨਮੂਨੇ ਦੀ ਅਖਬਾਰ ਬਣਾ ਸਕਦਾ ਸੀ ਸੋ ਵਰਜਿੰਦਰ ਸਿੰਘ ਨੇ ਆਪਣੀ ਮਿਹਨਤ ਨਾਲ ਪੰਜਾਬੀ ਟ੍ਰਿਬਿਊਨ ਨੂੰ ਪੰਜਾਬੀ ਦੀ ਸਭ ਤੋਂ ਵੱਧ ਛਪਣ ਵਾਲੀ ਅਖਬਾਰ ਬਣਾਇਆ ਔਰ ਇਸ ਨੂੰ ਅੰਗਰੇਜ਼ੀ ਅਖਬਾਰਾਂ ਦੇ ਮੁਕਾਬਲੇ 'ਚ ਖੜਾ ਕੀਤਾ ਤੇ ਪੜੇ ਲਿਖੇ ਪੰਜਾਬੀ ਵੀ ਇਸ ਨੂੰ ਪੜਨਾ ਆਪਣਾ ਮਾਣ ਮਹਿਸੂਸ ਕਰਨ ਲੱਗੇ। ਹਮਦਰ ਸਾਹਿਬ ਦੇ ਕਾਲ ਚਲਾਣੇ ਪਿੱਛੋਂ ਟਰਸਟੀਆਂ ਨੇ ਇਹਨਾਂ ਨੂੰ ਅਜੀਤ ਦੀ ਜ਼ਿੰਮੇਵਾਰੀ ਸੰਭਾਲੀ ਇਹਨਾਂ ਨੇ ਆਪਣੀ ਮਿਹਨਤ ਹਿੰਮਤ ਨਾਲ ਅਜੀਤ ਨੂੰ ਇਸ ਵੇਲੇ ਪੰਜਾਬੀ ਦੀ ਸਭ ਤੋਂ ਵੱਡੀ ਅਖਬਾਰ ਔਰ ਪੰਜਾਬ ਸਭ ਤੋਂ ਵੱਧ ਪੜੀ ਜਾਣ ਵਾਲੀ ਅਖਬਾਰ ਬਣਾ ਦਿੱਤਾ। ਇਹਦੇ ਨਾਲ ਹੀ ਉਹਨਾਂ ਦੇ ਅਸਲ ਵਿੱਚ ਉਹ ਇੱਕ ਸਾਹਿਤਕਾਰ ਬਣਨਾ ਚਾਹੁੰਦੇ ਸਨ ਪਰ ਹਾਲਾਤ ਇਹ ਜਏ ਹੋਏ ਕਿ ਉਹ ਪੱਤਰਕਾਰ ਬਣੇ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਨਾਵਲ ਵੀ ਲਿਖਿਆ ਜਿਹੜਾ ਕਿ ਆਪਣੇ ਆਪ 'ਚ ਇੱਕ ਬਲੱਖਣ ਸੀ ਔਰ ਉਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਉਹਦੀਆਂ ਕਈ ਐਡੀਸ਼ਨਾਂ ਵੀ ਛਪ ਚੁੱਕੀਆਂ ਨੇ ਪਰ ਉਸ ਪੱਤਰਕਾਰੀ ਚ ਆ ਕੇ ਉਹ ਆਪਣੀ ਸਹਿਤਕਾਰੀ ਤੋਂ ਦੂਰ ਨਹੀਂ ਹੋਏ ਸਕੋ ਆਪਣੇ ਜਿਹੜੇ ਸੰਪਾਦਕੀ ਲਿਖਦੇ ਨੇ ਉਹ ਇਸ ਢੰਗ ਦੇ ਲਿਖਦੇ ਨੇ ਕਿ ਉਹ ਇੱਕ ਸਹਿਤਕਾਰੀ ਦਾ ਹਿੱਸਾ ਹੀ ਬਣਦੇ ਨੇ ਔਰ ਉਹਨਾਂ ਦੇ ਆਧਾਰ 'ਤੇ ਉਹਨਾਂ ਦੀਆਂ ਕੋਈ ਨਵੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੂੰ ਬਚਪਨ ਤੋਂ ਸੰਗੀਤ ਦਾ ਬੜਾ ਸ਼ੌਕ ਸੀ ਪਰ ਕੰਮ ਦੇ ਰਜਾਇਵਿਆਂ ਨਾਲ ਉਹ ਸੰਗੀਤ ਇੱਕ ਤਰ੍ਹਾਂ ਛੁਪਿਆ ਹੀ ਰਿਹਾ ਹੁਣ ਜਦੋਂ ਉਹਨਾਂ ਦੀਆਂ ਬੱਚੀਆਂ ਨੇ ਕੁਝ ਅਖਵਾੜ ਦਾ ਕੰਮ ਸੰਭਾਲ ਲਿਆ ਤੇ ਉਹਨਾਂ ਨੇ ਇਸ ਉਮਰ ਚ ਆ ਕੇ ਸੰਗੀਤ ਨੂੰ ਮੁੜ ਅਪਣਾਇਆ ਤੇ ਕੁਝ ਹੀ ਸਾਲਾਂ ਵਿੱਚ ਕੋਈ 16 ਕੈਸਣਾ ਸਾਡੀ ਝੋਲੀ ਪਾਈਆ ਐਸਥੈਟਿਕਸ ਪਬਲੀਕੇਸ਼ਨ ਦੀ ਇਹ ਪੁਸਤਕ ਹੈ ਪੰਜਾਬੀ ਪੱਤਰਕਾਰੀ ਦਾ ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ ਡਾਕਟਰ ਬਰਜਿੰਦਰ ਸਿੰਘ ਹਮਦਰਦ ਤੇ ਘਟੂ ਘਟ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ ਜਿਨ੍ਹਾਂ ਨੂੰ ਪੱਤਰਕਾਰੀ ਕਰਨ ਦਾ ਸ਼ੌਕ ਹੈ ਤੇ ਜਿਨ੍ਹਾਂ ਨੇ ਪੱਤਰਕਾਰੀ ਚ ਕੁਛ ਨਾ ਕੁਛ ਨਵੀਆਂ ਪੜਾ ਪਾਈਆਂ ਨੇ ਉਹਨਾਂ ਨੂੰ ਇਹ ਕਿਤਾਬ ਪੜ੍ਹਨੀ ਜ਼ਰੂਰ ਚਾਹੀਦੀ ਹੈ ਕਿਉਂਕਿ ਇਹ ਕਿਤਾਬ ਤੁਹਾਨੂੰ ਦੱਸਦੀ ਹੈ ਕਿ ਅਸਲ ਚ ਮਿਹਨਤ ਦੇ ਮੈਨੇ ਕੀ ਹੁੰਦੇ ਨੇ ਇਹ ਕਿਤਾਬ ਦਰਸਾਉਂਦੀ ਹੈ ਕਿ ਸਿਰੜ ਕੀ ਕਹਿੰਦਾ ਤੇ ਇਹ ਕਿਤਾਬ ਦੱਸਦੀ ਹੈ ਕੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਐਵੇਂ ਨਹੀਂ ਬਣਿਆ ਜਾ ਸਕਦਾ ਮਿਲਦੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਤਿ ਸਕ ਤੰਦਾ ਵਿਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਅਸੀਂ ਗੱਲ ਕਰਨੇ ਆ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਪੁਸਤਕ ਆਧੁਨਿਕ ਪੰਜਾਬੀ ਪੱਤਰਕਾਰੀ ਦਾ ਮੋਢੀ ਡਾਕਟਰ ਵਰਜਿੰਦਰ ਸਿੰਘ ਹਮਦਰਦ 72 ਪੰਨਿਆਂ ਦੀ ਇਹ ਪੁਸਤਕ ਤੋਡੀਆਂ ਅੱਖਾਂ ਨੂੰ ਵੀ ਬੜੇ ਰੰਗ ਪੇ ਦਿੰਦੀ ਆ ਅੱਖਾਂ ਵੀ ਸਵਾਦਲੀਆਂ ਹੋ ਜਾਣੀਆਂ ਨੇ ਜਦੋਂ ਤੁਸੀਂ ਇਹ ਪੁਸਤਕ ਨੂੰ ਦੇਖੋਗੇ ਇੰਨੀ ਖੂਬਸੂਰਤੀ ਨਾਲ ਇਸ ਪੁਸਤਕ ਨੂੰ ਗਲੇਜ਼ ਪੇਪਰ ਤੇ ਰੰਗਦਾਰ ਛਾਪਿਆ ਗਿਆ ਹੈ ਵਧਾਈ ਦੇ ਪਾਤਰ ਨੇ ਡਾਕਟਰ ਅਨਜੀਤ ਸਿੰਘ ਹੁਰੀ ਪਰ ਇਹ ਵੀ ਮੈਂ ਕਹਾਂਗਾ ਕਿ ਇਸ ਪੁਸਤਕ ਚੋਂ ਜਿਨ੍ਹਾਂ ਨੂੰ ਕੁਝ ਹਾਸਲ ਕਰਨ ਦੀ ਲਗਨ ਹੈ ਤੇ ਜਿਨ੍ਹਾਂ ਦੇ ਅੰਦਰ ਉਹ ਦੀਵਾ ਜਗਦਾ ਕਿ ਜ਼ਿੰਦਗੀ ਚ ਕੁਝ ਬਣਨਾ ਚਾਹੀਦਾ ਹੈ ਉਹਨਾਂ ਲੋਕਾਂ ਲਈ ਇਹ ਪੁਸਤਕ ਮਾਰਗ ਦਰਸ਼ਕ ਹੋਵੇਗੀ ڈاکٹر ਵਰਜਿੰਦਰ ਸਿੰਘ ਹਮਦਰਦ ਹੋਰਾਂ ਦਾ ਪਿੰਡ ਜਿਹੜਾ ਹੈ ਉਹ ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਚ ਹੈ ਪੱਦੀ ਮਠਵਾਲੀ ਪਰ ਵਰਜਿੰਦਰ ਸਿੰਘ ਹਮਦਰਦ ਹੋਰੀ ਆਪਣੇ ਪਿਤਾ ਡਾਕਟਰ ਡਾਕਟਰ ਸਾਧੂ ਸਿੰਘ ਹਮਦਰਦ ਹੋਰਾਂ ਦੇ ਨਾਲ ਨਾਲ ਅੰਗ ਸੰਗ ਰਹਿ ਕੇ ਪੱਤਰਕਾਰੀ ਦਾ ਗਿਆਨ ਹਾਸਲ ਕੀਤਾ ਪਰ ਉਹਨਾਂ ਦੇ ਅੰਦਰ ਇੱਕ ਅਜੀਹਾ ਦੀਵਾ ਪਹਿਲੇ ਦਿਨ ਤੋਂ ਜਗਦਾ ਆਇਆ ਜਿਹੜਾ ਦੀਵਾ ਆਪਣੀ ਰੋਸ਼ਨੀ ਆਪ ਸੀ ਅਜੀਤ ਉਰਦੂ ਚ ਸ਼ੁਰੂ ਹੋਇਆ ਫਿਰ ਅਜੀਤ ਪੱਤਰ ਕਾ ਦਾ ਨਾਮ ਦਿੱਤਾ ਗਿਆ ਤੇ ਇਸ ਵੇਲੇ ਪੰਜਾਬੀ ਚ ਛਪਣ ਵਾਲਾ ਅਜੀਤ ਜਿਸ ਮੰਜ਼ਲ ਤੇ ਆ ਜਿਸ ਮੁਕਾਮ ਤੇ ਆ ਉਹ ਮੇਰੇ ਦੱਸਣ ਦੀ ਜ਼ਰੂਰਤ ਨਹੀਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਇਸ ਅਜੀਤ ਅਖਬਾਰ ਜ਼ਰੀਏ ਪੰਜਾਬੀ ਦੇ ਸਾਹਿਤ ਜਗਤ ਵਿੱਚ ਜਿਹੜੀਆਂ ਨਵੀਆਂ ਰਹਾਾਂ ਬਣਾਈਆਂ ਨੇ ਮੈਂ ਉਹਨਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਾਂਗਾ ਔਰ ਜਿਹੜੀਆਂ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਇਸ ਪੁਸਤਕ ਵਿੱਚ ਆਪਣੀ ਕਲਮ ਦਾ ਪਹਿਲੂ ਬਣਾਈਆਂ ਨੇ ਅਜੀਤ ਇਸ ਵੇਲੇ ਇੱਕ ਤਰ੍ਹਾਂ ਨਾਲ ਮਕਮਲ ਸੈਤਕ ਰੂਪ ਜਿਹੜਾ ਹੈ ਉਹ ਪੰਜਾਬੀਆਂ ਦੀ ਝੋਲੀ 'ਚ ਪਾਰਿਆ ਔਰ ਨਕੋ ਨਕ ਝੋਲੀ ਭਰੀ ਹੋਈ ਹੈ अजीत ਦਾ ਤੁਸੀਂ ਐਤਵਾਰੀ ਮੈਗਜ਼ੀਨ ਵੇਖੋਗੇ ਫਿਲਮ ਅੰਕ ਵੇਖੋਗੇ ਹੋਰ ਅੰਖੇਡਾਂ ਵਾਲਾ ਅੰਕ ਵੇਖੋਗੇ ਜਨ ਜੀਵਨ ਵੇਖੋਗੇ ਤੇ ਨਾਰੀ ਅੰਕ ਵੇਖੋਗੇ ਕਿਹੜੀ ਕਿਹੜੀ ਗੱਲ ਕਰਾਂ ਕੌਣ ਇੰਨਾ ਸਾਹਿਤ ਜਦੋਂ ਅੱਜ ਦਾ ਯੁੱਗ ਬਪਾਰਿਕ ਹੈ ਜਦੋਂ ਘਰਾਣਿਆਂ ਦੇ ਲੋਕ ਇਹ ਅਖਬਾਰਾਂ ਦੇ ਖੇਤਰ ਵਿੱਚ ਪ੍ਰਵੇਸ਼ ਕਰ ਗਏ ਨੇ ਉਦੋਂ ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਇਹ ਸੂਜ ਬੂਜ ਲਗਨ ਤੇ ਸਿਰੜ ਤੇ ਹੱਥ ਦਾ ਸਬੂਤ ਹੈ ਕਿ ਅਜੀਤ ਨੰਬਰ 1 ਹੈ ਅਜੀਤ ਨੂੰ ਸਜਿਓ ਖੱਬਿਓ ਬੜੀਆਂ ਮਾਰਾਂ ਪੈਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਪਰ ਇਹ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੁਰਾਂ ਦੀ ਕੋਸ਼ਿਸ਼ ਮਿਹਨਤ ਚਤੋਂ ਪੈਰ ਕੰਮ ਕਰਨ ਦਾ ਜਿਹੜਾ ਸਿਰੜ ਹੈ ਉਨੇ ਦੱਸਿਆ ਕਿ ਅਜੀਤ ਨੂੰ ਹਰਾਉਣਾ ਤੇ ਪਿੱਛੇ ਤੱਕਣਾ ਔਖਾ ਬਹੁਤ ਹੈ ਕਿਉਂਕਿ ਇਹ ਅਖਬਾਰ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੁਰਾਂ ਦੇ ਹੱਥਾਂ ਚ ਹੈ ਜਿਨ੍ਹਾਂ ਨੂੰ 2016 ਚ ਭਾਰਤ ਸਰਕਾਰ ਨੇ ਪਦਮ ਪੂਸ਼ਣ ਸਨਮਾਨ ਦਿੱਤਾ ਸੀ ਵਰਜਿੰਦਰ ਸਿੰਘ ਹਮਦਰਦ ਦੀਆਂ ਪਾਈਆਂ ਪੈੜਾਂ ਦੀ ਕਹਾਣੀ ਬੜੀ ਲੰਬੀ ਹੈ ਪਰ ਕਮਾਲ ਇਹ ਹੈ ਕਿ ਡਾਕਟਰ ਅਨਜੀਤ ਸਿੰਘ ਹੁਰਾਂ ਨੇ ਇਸ ਕਿਤਾਬ ਚ ਬੜੇ ਸੰਖੇਪ ਸ਼ਬਦਾਂ ਨਾਲ ਡਾਕਟਰ ਹਮਦਰਦ ਦੀ ਜਿਹੜੀ ਜਾਣ ਪਛਾਣ ਕਰਾਈ ਹੈ ਉਹਦਾ ਜਵਾਬ ਨਹੀਂ ਸਖਸ਼ੀਅਤ ਬਾਰੇ ਮੈਂ ਤਰੀਕ ਤਨੀ ਦੱਸਣੀ ਪਰ ਮੈਂ ਇਹ ਦੱਸਦਾਗਾ ਕਿ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਰਾਂ ਦਾ ਪੰਜਾਬੀ ਪੱਤਰਕਾਰੀ ਦੇ ਇਸ ਵੇਲੇ ਦੇ ਸਭ ਤੋਂ ਵੱਡੇ ਮਾਣ ਪੰਜਾਬੀ ਪੱਤਰਕਾਰੀ ਨੂੰ ਸਭ ਤੋਂ ਵੱਡਾ ਮਾਣ ਸਨਮਾਨ ਲੈ ਕੇ ਦੇਣ ਵਾਲੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਜਿਨ੍ਹਾਂ ਨੂੰ ਅਸੀਂ ਸਤਿਕਾਰ ਚ ਬਾਜੀ ਕਰਕੇ ਜਾਣਦੇ ਆਂ ਉਹਨਾਂ ਦਾ ਜਨਮ 1944 ਚ ਹੋਇਆ ਤੇ ਅੱਜ ਵੀ ਜਦੋਂ ਉਹਨੂੰ ਤੁਸੀਂ ਦਫ਼ਤਰ ਮਿਲਣ ਜਾਓਗੇ ਤਾਂ ਇੱਕ ਰਾਜ ਜ਼ਰੂਰ ਸਿੱਖਿਆਉਗੇ ਕਿ ਵੰਟਣ ਕੇ ਰਹਿਣਾ ਖਸ ਕੇ ਮਿਲਣਾ ਤੇ ਉਮਰ ਨੂੰ ਆਪਣੇ ਨੇੜੇ ਨਾ ਲੱਗਣ ਦੇਣਾ ਇਹ ਵੀ ਡਾਕਟਰ ਪ੍ਰਜਿੰਦਰ ਸਿੰਘ ਹਮਦਰਦ ਨੂੰ ਆਉਂਦਾ ਹੈ ਇਹਦੇ ਵਿੱਚ ਡਾਕਟਰ ਅਨਜੀਤ ਸਿੰਘ ਹੋਣਾ ਨੇ ਮੈਂ ਤੁਹਾਨੂੰ ਕਿਤਾਬ ਚੋਂ ਪੜ੍ਹ ਕੇ ਸੌਣ ਚ ਮੈਨੂੰ ਬਹੁਤ ਸਵਾਦ ਆਏਗਾ ਕਿ ਐਕਚੁਅਲੀ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਣਾਂ ਦੀ ਪ੍ਰਾਪਤੀ ਦਾ ਰਾਜ਼ ਕੀ ਆ ਉਹਨਾਂ ਦੀ ਮੰਜ਼ਲ ਦਾ ਭੇਦ ਕੀ ਆ ਉਹਨਾਂ ਦੇ ਇਸ ਮਕਾਮ ਤੱਕ ਪਹੁੰਚਣ ਦਾ ਜਿਹੜਾ ਬਾਕੀਆਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਉਹ ਕੀ ਆ ਇੱਕ ਸਤਰ 'ਚ ਮੈਂ ਦੱਸਣ ਲੱਗਾ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਮੈਂ ਕਰਦਾ ਹਾਂ ਉਸ ਨੂੰ ਪੂਰੀ ਇੱਕ ਸੁਰਤਾ ਨਾਲ ਪੂਰੀ ਲਗਨ ਨਾਲ ਪੂਰੀ ਮਿਹਨਤ ਨਾਲ ਕਰਦਾ ਹਾਂ ਜਿੰਨੀ ਵੀ ਥੋੜੀ-ਬਹੁਤ ਮੈਨੂੰ ਪ੍ਰਾਪਤੀ ਹੋਈ ਹੈ ਇਸ ਵਿੱਚ ਮੇਰੇ ਅਜੇ ਹੇ ਸਵਾ ਦਾ ਯੋਗਦਾਨ ਹੈ ਡਾਕਟਰ ਰਣਜੀਤ ਸਿੰਘ ਹਰਾ ਅਨੁਸਾਰ ਤੇ ਸਾਡੇ ਸਾਰਿਆਂ ਦੇ ਜਾਣਨ ਮੁਤਾਬਕ ਇਹ ਪੱਕੀ ਗੱਲ ਹੈ ਕਿ ਗੱਲ ਸਿਰਫ ਇਸ ਕਿਤਾਬ ਦੀ ਨਹੀਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਇਸ ਅਖਬਾਰ ਨੂੰ ਇੰਨਾ ਨੇੜੇ ਤੋਂ ਹੋ ਕੇ ਬਰੀਕੀ ਨਾਲ ਵਾਚਦੇ ਨੇ ਕਿ ਖ਼ਬਰ ਡਾਕਟਰ ਵਰਜਿੰਦਰ ਸਿੰਘ ਹਮਦਰ ਦੀਆਂ ਨਜ਼ਰਾਂ ਤੋਂ ਹੋ ਕੇ ਜਾਂਦੀ ਹੈ ਹਰ ਇਸ਼ਤਿਆਰ ਉਹਨਾਂ ਦੀ ਨਜ਼ਰ ਤੋਂ ਹੋ ਕੇ ਜਾਂਦਾ ਹੈ ਹਰ ਲਿਖਤ ਜਿਹੜੀ ਹੈ ਉਹ ਉਹਨਾਂ ਦੇ ਪੜੇ ਤੋਂ ਬਿਨਾ ਅੱਗੇ ਨਹੀਂ ਜਾਂਦੀ ਸੋ ਸਿਆਣੇ ਕਹਿੰਦੇ ਨੇ ਕਿ ਪੈੜਾਂ ਦੀ ਗੱਲ ਤਾਂ ਅਸੀਂ ਕਰਦੇ ਹਾਂ ਕੁਝ ਲੋਕ ਪੈੜਾਂ ਪਾਉਂਦੇ ਨੇ ਕੁਝ ਲੋਕ ਆਪਣੇ ਰਾਹ ਸਿਰਜਦੇ ਨੇ ਪਰ ਡਾਕਟਰ ਵਰਜਿੰਦਰ ਸਿੰਘ ਹਮਦਰ ਉਹਨਾਂ ਚੋਂ ਆ ਜਿਨ੍ਹਾਂ ਨੇ ਆਪਣੇ ਰਾਪ ਬਣਾਏ ਨੇ ਆਪਣੀਆਂ ਡੰਡੀਆਂ ਆਪ ਪਾਈਆਂ ਨੇ ਔਰ ਇਹ ਰਾਹ ਤੇ ਪੜਾਂ ਅਜ਼ੀਆਂ ਨੇ ਜਿਹੜੀਆਂ ਪੰਜਾਬੀ ਪੱਤਰਕਾਰੀ ਲਈ ਜਰਨਲਿਸਟ ਸੜਕ ਵਜੋਂ ਜਾਣੀਆਂ ਜਾਂਦੀਆਂ ਰਹਿਣ ਗਿਆ ਡਾਕਟਰ ਰਣਜੀਤ ਸਿੰਘ ਖੁਰਾ ਦੇ ਇਸ ਯਤਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਥੋੜੇ ਸ਼ਬਦਾਂ ਚ ਡਾਕਟਰ ਵਰਜਿੰਦਰ ਸਿੰਘ ਖੁਰਾ ਦੀ ਸ਼ਖਸੀਅਤ ਬਾਰੇ ਜੋ ਕੁਝ ਉਹਨਾਂ ਨੇ ਪੇਸ਼ ਕੀਤਾ ਹੈ ਉਹ ਬਾਖਮਾਲ ਹੈ ਜਿਸ ਢੰਗ ਨਾਲ ਪੇਸ਼ ਕੀਤਾ ਉਹ ਆਪਣੇ ਆਪ ਚ ਇੱਕ ਉਦਾਹਰਣ ਹੈ ਤੇ ਜਿਸ ਸਖਸ਼ੀਅਤ ਦੀ ਗੱਲ ਕੀਤੀ ਹੈ ਉਹਨੂੰ ਇੰਨੇ ਸ਼ਬਦਾਂ ਚ ਪੇਸ਼ ਕਰਨਾ ਔਖਾ ਬਹੁਤ ਹੈ ਸੋਲਾ ਐਲਬਮਾ ਉਹਨਾਂ ਦੀਆਂ ਪਹਿਲਾਂ ਆਈਆਂ ਨੇ 17ਵੀਂ ਐਲਬਮ ਉਹਨਾਂ ਦੀ ਹੁਣ ਆਈ ਆ ਦੇਸ਼ ਪੰਜਾਬ ਇਹ ਐਲਬਮ ਜਿਹੜੀ ਆਪਣੇ ਆਪ 'ਚ ਇੱਕ ਨਵਾਂ ਰੰਗ ਹੈ ਇੱਕ ਨਵੀਂ ਪੈੜ ਹੈ ਤੇ ਇਹਦੇ 'ਚ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਨੋ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਗੁਰਦੀਪ ਸਿੰਘ ਦਾ ਸੰਗੀਤ ਕਿੱਥੇ ਤੱਕ ਚਲਾ ਗਿਆ ਤੇ ਡਾਕਟਰ ਵਰਜਿੰਦਰ ਸਿੰਘ ਦੀ ਇਹਨਾਂ ਲਿਖਤਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੇ ਬਾਖੂ ਵੀ ਨਵਾ ਕੇ ਦੱਸਿਆ ਕਿ ਵਰਜਿੰਦਰ ਸਿੰਘ ਹਮਤਾਰ ਦੇ ਇੱਕ ਪੱਤਰਕਾਰ ਨਹੀਂ ਪੰਜਾਬੀ ਜਵਾਨ ਦਾ ਪਹਿਰੇਦਾਰ ਵੀ ਹੈ ਪੰਜਾਬੀ ਬੋਲੀ ਦਾ ਰਾਖਾ ਵੀ ਆ ਤੇ ਪੰਜਾਬੀ ਬੋਲੀ ਨੂੰ ਬੁਲੰਧੀਆਂ ਤੱਕ ਲੈ ਕੇ ਜਾਣ ਦਾ ਜਿਹੜਾ ਸੇਰਾ ਤੇ ਉਹਨਾਂ ਚ ਹਿੰਮਤ ਜਿਹੜੀ ਆ ਉਹ ਵੀ ਡਾਕਟਰ ਵਰਜਿੰਦਰ ਸਿੰਘ ਹੋਰਾਂ ਦੀ ਆ ਜ਼ਿੰਮੇਵਾਰੀ ਉਹਨਾਂ ਦੀ ਆ ਬਾਕੂ ਵੀ ਨਵਾਰੇ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਇਸ ਪੁਸਤਕ ਜਰੀਏ ਦੁਆ ਕਰਾਂਗੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਲੰਬੀ ਉਮਰ ਲਈ ਤਾਂ ਕਿ ਪੰਜਾਬੀ ਪੱਤਰਕਾਰੀ ਦਾ ਹੋਰ ਬੜਾ ਕੁਝ ਸਵਾਰਿਆ ਜਾਂਦਾ ਰਹੇ ਵਾਈਕਰੂ ਉਹਨਾਂ ਨੂੰ ਵਾਈਗੁਰੂ ਉਹਨਾਂ ਨੂੰ ਉਹ ਹਿੰਮਤ ਦੇਵੇ ਜੋ ਪੰਜਾਬੀ ਭਾਸ਼ਾ ਲਈ ਪੰਜਾਬੀ ਪੱਤਰਕਾਰੀ ਲਈ ਨਵੇਂ ਅਸਣਗਾ ਪੈਦਾ ਕਰੇ ਤੇ ਨਵੇਂ ਵਿਰਾਸਤ ਜੀ ਇੱਥੇ ਹੀ ਐਸ ਅਸ਼ੋਕਪੁਰਾ ਨੂੰ ਇਜਾਜ਼ਤ ਦਿਓ ਤੁਹਾਡੀ ਫੀਡਬੈਕ ਦੀ ਹਮੇਸ਼ਾ ਮੰਗ ਉਡੀ ਕਰੇਗੀ ਸਲਾਹ مشورہ ਤੇ ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਨੌਕਸ ਵੀ ਪ੍ਰਮਾਨ ਕਰਾਂਗੇ info@justbroadcasting.com ਤੇ ਜਾਂ pora@justbroadcasting.com ਤੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਆ